ਸਤਿ ਸ਼੍ਰੀ ਅਕਾਲ ਅੱਜ ਮੇਰੇ ਸਾਥ ਬਾਈ ਅਭਿਮਨਯੂ ਕੁਮਾਰ ਜੀ ਹੈ ਇੱਕ ਬਹੁਤ ਇੰਪੋਰਟੈਂਟ ਵਿਸ਼ੇ ਦੇ ਉੱਪਰ ਜੋ ਕਰੰਟਲੀ ਚੱਲ ਰਿਹਾ ਹੈ ਯੰਗਸਟਰ ਕੌਮੀ ਫੁੱਟਬਾਲ ਕੇਂਦਰੀ ਮੋਰਚੇ ਮੈਂ ਬਹੁਤ ਤਰ੍ਹਾਂ ਦੀ ਬਾਤਾਂ ਸਾਹਮਣੇ ਆ ਰਹੀ ਹੈ ਬਹੁਤ ਕਿਸੇ ਤਰ੍ਹਾਂ ਸੇ ਬੋਲ ਰਿਹਾ ਹੈ ਕੋਈ ਕਿਸੇ ਤਰ੍ਹਾਂ ਸੇ ਬੋਲ ਰਿਹਾ ਹੈ ਸਬਸੇ ਪਹਿਲਾਂ ਸਵਾਲ ਮੈਂ ਬਾਈ ਸੇ ਯੇ ਕਰੂੰਗਾ ਕਿ ਯੰਗਸਟਰ ਕੀ ਸਬਸੇ ਪਹਿਲੇ ਸਭੀ ਨੌਜਵਾਨੋ ਕੋ ਸਭੀ ਕਿਸਾਨੋ ਕੋ ਸਭੀ ਮਾਤਾਓ ਬਹਿਨੋ ਕੋ ਹਾਥ ਜੋੜ ਕੇ ਰਾਮ ਰਾਮ ਸਤਿ ਸ਼੍ਰੀ ਅਕਾਲ ਸਲਾਮ ਜੈ ਜਵਾਨ ਜੈ ਕਿਸਾਨ ਦੇਖੋ ਬਲਜੀਤ ਭਾਈ ਜੀ ਆਪਕਾ ਸਵਾਲ ਹੈ ਨੌਜਵਾਨੋ ਕੇ ਬਾਰੇ ਮੈਂ ਪੁਲਿਸ ਪੂਰੇ ਆਂਦੋਲਨ ਕੇ ਬਾਰੇ ਮੈਂ ਇੱਕ ਬਾਤ ਵੀ ਕਹਿਣਾ ਚਾਹਤਾ ਹੂੰ ਕਿ ਇਸ ਪੂਰੇ ਆਂਦੋਲਨ ਕੇ ਪਿੱਛੇ ਨੌਜਵਾਨੋ ਕੀ ਊਰਜਾ ਹੈ ਨੌਜਵਾਨੋ ਕਾ ਜੋਸ਼ ਹੈ ਔਰ ਜੋ ਹਮਾਰੀ ਸੀਨੀਅਰ ਲੀਡਰਸ਼ਿਪ ਹੈ ਉਨਕਾ ਹੋਸ਼ ਉਨਕਾ ਅਨੁਭਵ ਔਰ ਉਨਕਾ ਮਾਰਗਦਰਸ਼ਨ ਹੈ ਤੇ ਨੌਜਵਾਨੋ ਕਾ ਜੋਸ਼ ਜਿਤਨਾ ਜ਼ਰੂਰੀ ਹੈ ਉਤਨਾ ਹੀ ਜ਼ਰੂਰੀ ਹਮਾਰੇ ਬਜ਼ੁਰਗ ਲੀਡਰਸ਼ਿਪ ਹਮਾਰੇ ਸੀਨੀਅਰ ਲੀਡਰਸ਼ਿਪ ਕਾ ਹੋਸ਼ ਹੈ ਔਰ ਯਹੀ ਇਸ ਆਂਦੋਲਨ ਕੀ ਸਫਲਤਾ ਕੀ ਸਬਸੇ ਬੜੀ ਵਜ੍ਹਾ ਹੈ ਕਿ ਨੌਜਵਾਨ ਵੀ ਹੈ ਔਰ ਬਜ਼ੁਰਗ ਵੀ ਹੈ ਸੀਨੀਅਰ ਲੋਕ ਵੀ ਹੈ ਅੱਜ ਕੇ ਦਿਨ ਹਮਾਰੇ ਦੇਸ਼ ਮੇ 60 ਸੇ 70 ਫੀਸਦੀ ਨੌਜਵਾਨ ਹੈ ਔਰ ਕਿਹਾ ਜਾਤਾ ਹੈ ਕਿ ਜਿਸ ਦੇਸ਼ ਕੀ ਜਨਸੰਖਿਆ ਨੌਜਵਾਨ ਹੈ ਨਵਯੁਵਕ ਹੋ ਨਵਯੁਵਤੀਆਂ ਹੋ ਉਸ ਦੇਸ਼ ਕਾ ਭਵਿਸ਼ਯ ਬੜਾ ਸੁਨਹਿਰਾ ਹੋਤਾ ਹੈ ਵੇ ਅਲੱਗ ਬਾਤ ਹੈ ਕਿ ਵਰਤਮਾਨ ਸਰਕਾਰ ਜੋ ਹੈ ਯੇ ਨੌਜਵਾਨੋ ਕੀ ਊਰਜਾ ਕਾ ਸਹੀ ਸੇ ਉਪਯੋਗ ਨਹੀਂ ਕਰ ਪਾ ਰਹੀ ਹੈ ਰੋਜ਼ਗਾਰ ਦੇਣੇ ਕੀ ਬਜਾਏ ਨੌਜਵਾਨੋ ਕੋ ਧਰਮ ਔਰ ਜਾਤਿ ਕੇ ਆਧਾਰ ਪੇ ਬਾਂਟ ਕੇ ਉਨਕੋ ਦੰਗਾਈ ਬਣਾਨੇ ਕਾ ਪ੍ਰਯਾਸ ਕੀਆ ਜਾ ਰਹਾ ਹੈ ਲੇਕਿਨ ਨੌਜਵਾਨੋ ਕੀ ਅਹਿਮ ਭੂਮਿਕਾ ਹੈ ਆਂਦੋਲਨ ਮੇ ਸਮਾਜ ਮੇ ਔਰ ਦੇਸ਼ ਮੇ ਔਰ ਨੌਜਵਾਨੋ ਕੇ ਕੰਧੇ ਪੇ ਹੀ ਇਸ ਪੂਰੇ ਆਂਦੋਲਨ ਕੀ ਜ਼ਿੰਮੇਦਾਰੀ ਹੈ ਪੂਰਾ ਭਾਰ ਹੈ ਔਰ ਹਮਾਰੀ ਸੀਨੀਅਰ ਲੀਡਰਸ਼ਿਪ ਕੇ ਸਾਥ ਮਿਲ ਕੇ ਜੋ ਨੌਜਵਾਨ ਚੱਲ ਰਹੇ ਹੈ ਨਿਸ਼ਚਿਤ ਤੌਰ ਪੇ ਆਂਦੋਲਨ ਹਮ ਜਿੱਤੇਂਗੇ ਇੱਕ ਔਰ ਮੈਂ ਦੇਖ ਰਿਹਾ ਹੂੰ ਕਿ ਇਸ ਅੰਦੋਲਨ ਬਹੁਤ ਸਾਰੇ ਮੈਂ ਕਹਿ ਸਕਦਾ ਹੂੰ ਕਿ ਬਿਆਨ ਦੇ ਰਹੇ ਹਾਂ
ਸਾਮੀ ਅੰਦੋਲਨ ਕੀ ਬਜਾਏ ਵੋ ਕੋਸ਼ਿਸ਼ ਕਰ ਰਹੇ ਹਨ ਨੌਜਵਾਨ ਵਰਸਸ ਲੀਡਰਸ਼ਿਪ ਇੱਕ ਤਰਫ ਨੌਜਵਾਨ ਔਰ ਦੂਸਰੀ ਤਰਫ ਹਮਾਰੇ ਜੋ ਕਿਸਾਨ ਆਗੂ ਹੈ ਕਿਸਾਨ ਯੂਨੀਅਨਸ ਕੇ ਲੀਡਰ ਹੈ ਯੇ ਬਣਾਉਣੇ ਕੀ ਕੋਸ਼ਿਸ਼ ਹੋ ਰਹੀ ਹੈ ਕਿ ਨੌਜਵਾਨ ਵਰਸਸ ਆਗੂ ਕਿ ਜੋ ਹਮਾਰੇ ਪ੍ਰਧਾਨ ਹੈ ਨੌਜਵਾਨੋ ਕੇ ਸਾਥ ਲੇਕਰ ਨਹੀਂ ਚਲਨਾ ਚਾਹਤੇ ਨੌਜਵਾਨੋ ਕੋ ਪਿੱਛੇ ਰੱਖਣਾ ਚਾਹਤੇ ਹੈ ਨੌਜਵਾਨੋ ਕੀ ਬਾਤ ਨਹੀਂ ਮਾਨਤੇ ਇਸਕੇ ਉੱਪਰ ਆਪ ਕਿਆ ਕਹਿਣਾ ਚਾਹਤੇ ਦੇਖੋ ਇਸ ਬਾਤ ਮੇਂ ਕੋਈ ਸੱਚਾਈ ਨਹੀਂ ਹੈ ਯਦਿ ਇਸ ਬਾਤ ਮੇਂ ਕੋਈ ਸੱਚਾਈ ਹੋਤੀ ਤੋ ਸ਼ਾਇਦ ਬਲਜੀਤ ਭਾਈ ਮੈਂ ਔਰ ਆਪ ਯਹਾਂ ਪੇ ਸਮਨ ਨਾ ਬੈਠੇ ਹੋਤੇ ਹਮ ਦੋਨੋਂ ਨੌਜਵਾਨ ਯਹਾਂ ਪੇ ਬੈਠੇ ਹੈ ਕਿਉਂਕਿ ਹਮਾਰੀ ਸੀਨੀਅਰ ਲੀਡਰਸ਼ਿਪ ਨੇ ਹਮੇਂ ਸਪੇਸ ਦਿਆ ਹਮਾਰੀ ਸੀਨੀਅਰ ਲੀਡਰਸ਼ਿਪ ਨੇ ਹਮਾਰੇ ਉੱਪਰ ਪੂਰਾ ਵਿਸ਼ਵਾਸ ਦਿਖਾਇਆ ਔਰ ਇੱਕ ਜ਼ਿੰਮੇਦਾਰੀ ਦੀ ਕਿ ਆਪ ਲੋਕ ਆਗੇ ਬਣ ਕੇ ਕੰਮ ਕੀਜੀਏ ਜੋ ਸੀਨੀਅਰ ਲੀਡਰਸ਼ਿਪ ਦਾ ਆਸ਼ੀਰਵਾਦ ਹੈ ਉਸੇ ਕਾਰਨ ਹਮ ਯਹਾਂ ਬੈਠੇ ਹੈ ਔਰ ਇੱਕ ਬਾਤ ਮੈਂ ਬਿਲਕੁਲ ਹੀ ਸਾਫ ਔਰ ਸਪਸ਼ਟ ਕਰ ਦੇਣਾ ਚਾਹਤਾ ਹੂੰ ਚਾਹੇ ਸੰਯੁਕਤ ਕਿਸਾਨ ਮੋਰਚਾ ਕੀ ਮੀਟਿੰਗ ਕੀ ਬਾਤ ਹੈ ਜਾਂ ਸਿੱਧੀ ਸਰਕਾਰ ਕੇ ਸਾਥ ਬਾਰਾ ਰਾਉਂਡ ਕੀ ਚਰਚਾ ਹੋਈ ਕੀ ਬਾਤ ਹੈ ਹਮਾਰੀ ਜੋ ਲੀਡਰਸ਼ਿਪ ਹੈ ਉਹ ਬਹੁਤ ਇਮਾਨਦਾਰੀ ਬਹੁਤ ਬੇਬਾਕੀ ਬਹੁਤ ਬਹਾਦੁਰੀ ਸੀ ਆਪਣੇ ਅਨੁਭਵ ਕਾ ਬਹੁਤ ਅੱਛਾ ਇਸਤੇਮਾਲ ਕਰਕੇ ਹਮਾਰੀ ਬਾਤੋਂ ਕੋ ਪੂਰੇ ਸਮਾਜ ਕੀ ਬਾਤੋਂ ਕੋ ਅੱਛੇ ਤਰੀਕੇ ਸੇ ਪੇਸ਼ ਕਰ ਰਹੇ ਹੈ ਔਰ ਇੱਕ ਔਰ ਬਾਤ ਮੈਂ ਨੌਜਵਾਨੋ ਕੋ ਇਹ ਕਹਿਣਾ ਚਾਹਤਾ ਹੂੰ ਦੇਖੀ ਜੋ ਹਮਾਰੀ ਲੀਡਰਸ਼ਿਪ ਹੈ ਆਜ ਯੇ 60% ਸਾਲ ਕੇ ਆਸ ਪਾਸ ਉਨਕੀ ਐਵਰੇਜ ਉਮਰ ਹੈ ਉਨ੍ਹੋਂਨੇ ਆਪਣੇ ਜੀਵਨ ਕਾ ਅਧਿਕਤਰ ਹਿੱਸਾ ਇਮਾਨਦਾਰੀ ਸੇ ਸੰਘਰਸ਼ ਕਰਕੇ ਨਿਕਾਲ ਲਿਆ ਹੈ ਹਮ ਤੋ ਕਹੇਂਗੇ ਪਰਮਾਤਮਾ ਰੱਬ ਉਨਕੋ 100 ਸਾਲ ਸੇ ਵੀ ਅਧਿਕ ਕੀ ਉਮਰ ਦੇ ਲੇਕਿਨ ਜੋ ਐਵਰੇਜ ਉਮਰ ਹੈ ਉਸਕੇ ਹਿਸਾਬ ਸੇ ਦੇਖੇ ਤੋ ਕਿਸੇ ਲੀਡਰ ਕੇ ਪਾਸ ਅਭੀ 15 ਸਾਲ ਕੀ ਉਮਰ ਹੋਗੀ ਕਿਸੇ ਕੇ ਪਾਸ 20 ਕੀ ਹੋਗੀ ਕਿਸੇ ਕੇ ਪਾਸ 25 ਕੀ ਹੋਗੀ ਔਰ ਜੋ ਉਨ੍ਹੋਂ ਆਪਣੇ ਜੀਵਨ ਮੇਂ ਮਿਹਨਤ ਕੀ ਹੈ ਉਸ ਮਿਹਨਤ ਕੇ ਆਧਾਰ ਪੇ ਆਪਣਾ ਬਾਕੀ ਕਾ ਜੀਵਨ ਵੀ ਆਰਾਮ ਸੇ ਕਾਟ ਲੇਂਗੇ ਉਨਕੋ ਕੋਈ ਦਿੱਕਤ ਨਹੀਂ ਆਏਗੀ ਇਹ ਤਾਂ ਸੀਨੀਅਰ ਲੀਡਰਸ਼ਿਪ ਹੈ ਜਿਹਨੇ ਪੂਰੀ ਸਰਦੀ ਬਿੱਲੀ ਕੇ ਸਰਦੀ ਪੇ ਨਿਕਾਲ ਦੀ ਇਹ ਲੀਡਰਸ਼ਿਪ ਆਜ ਲਗ ਰਹੀ ਹੈ ਹਮਾਰੇ ਰਾਤ ਕੇ ਭਵਿਸ਼ਯ ਕੇ ਲੀਏ ਜੋ ਹਮਸੇ ਵੀ ਆਗੇ ਕੀ ਜੋ ਨੈਕਸਟ ਜਨਰੇਸ਼ਨ ਹੈ ਉਸਕੇ ਭਵਿਸ਼ਯ ਕੇ ਲੀਏ ਲਗ ਰਹੀ ਹੈ ਇਸਲੀਏ ਉਹ ਬਾਰ ਬਾਰ ਕਹਿਤਾ ਹੂੰ ਕਿ ਫਸਲੋਂ ਕੇ ਸਾਥ ਸਾਥ ਆਗੇ ਕੀ ਨਸਲੋਂ ਕੋ ਬਚਾਨੇ ਕੀ ਲੜਾਈ ਹੈ ਤੋ ਲੀਡਰਸ਼ਿਪ ਜੋ ਕਰ ਰਹੀ ਹੈ ਜੋ ਆਂਦੋਲਨ ਯੇ ਖੜਾ ਕੀਆ ਲੀਡਰਸ਼ਿਪ ਨੇ ਯੇ ਹਮਾਰੇ ਔਰ ਆਪਕੇ ਲੀਏ ਕੀਆ ਹੈ ਯਦਿ ਉਨਕੋ ਸਿਰਫ ਆਪਣੇ ਹੀ ਪੜੀ ਹੋਤੀ ਤੋ ਹਮਾਰੇ ਲੀਏ ਆਂਦੋਲਨ ਕਿਉਂ ਖੜਾ ਕਰਤੇ ਇਨ ਚੀਜ਼ੋਂ ਮੈਂ ਜਿਸ ਤਰੀਕੇ ਦੇ ਆਰੋਪ ਕਰਤੇ ਹੋਏ ਪੁੱਛਾਂਗੇ ਕੀ ਜਾ ਰਹੇ ਹੈ ਇਹ ਬੇਬੁਨਿਆਦ ਹੈ
मामले पे निजी राय है। हो सकता आपके किसी मामले पे निजी राय हो, लेकिन जब हम एक संगठन में होते हैं तो हमारी निजी राय का कोई मतलब नहीं रह जाता। संयुक्त किसान मोर्चा की मीटिंग में हर बात लोकतांत्रिक तरीके से डिस्कस की जाती है। हम उन मीटिंगों में रहे, आपने भी वो मीटिंगें देखी है। नौजवान को भी उतना ही अधिकार अपनी बात रखने का जितना एक सीनियर को है। जिस बात पे सबकी सर्व सहमति बनती है उस बात को फिर आगे बढ़ाया जाता है, और यही तरीका होता है आंदोलन को चलाने का, संगठन को चलाने का। यदि हर व्यक्ति, हर नौजवान यदि ये कहेगा कि भाई मेरी ही बात मानी जाए, फिर तो सबकी अलग अलग बात होगी, फिर आंदोलन कैसे चलेगा, फिर संगठन कैसे चलेगा, फिर तो हर कोई चौधरी बनने का प्रयास करेगा। तो ये तरीका वो नहीं होता है। बात सबकी सुनी जाती है और सरल सहमति, सरल सहमति के बाद निर्णय लिया जाता है। तो नौजवानों को इन बातों में नहीं पढ़ना चाहिए, इन बातों से गुमराह नहीं होना चाहिए कि भाई लीडरशिप नौजवानों की बात नहीं सुन रही है। निश्चित तौर पर